ਹਾਂਜੀ ਲਓ ਜੀ, ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟਰੈਕਟਰ ਸੇਲ ਵਾਸਤੇ ਲੈ ਕੇ ਆਏ ਜੀ 855 855 ਟਮਾਟਰ ਜੀ, ਅਤੇ ਬਾਕੀ ਬਹੁਤ ਜ਼ਿਆਦਾ ਵੀਰਾਂ ਦੀ ਡਿਮਾਂਡ ਆ ਰਹੀ ਸੀ ਵੀ 855 ਸੇਲ ਵਾਸਤੇ ਚਾਹੀਦਾ। ਜਿੰਨੇ ਥੋੜ੍ਹੇ ਪੈਸੇ ਲਾਉਣੇ ਆ ਅਤੇ ਫਕਾਰਾ ਕਹਿੰਦੇ ਭਾਅ ਵੀ ਸੁਣਨਾ 855 ਦਾ, ਘੱਟ ਪੈਸਿਆਂ 'ਚ ਤੁਹਾਨੂੰ ਅੱਜ ਫਕਾਰਾ ਸੁਣਾ ਦੇਣਾ ਆਪਾਂ। ਇਕੱਲੀ ਇਕੱਲੀ ਜਾਣਕਾਰੀ ਆਪਾਂ ਦਿੰਦੇ ਵੀਡੀਓ ਦੇ ਵਿੱਚ, ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਜੇ। ਅਤੇ ਬਾਕੀ ਜਿਨ੍ਹਾਂ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਸਬਸਕ੍ਰਾਈਬ ਕਰ ਲਿਆ ਜੀ। ਬਾਕੀ ਹੁਣ ਤੁਹਾਨੂੰ ਦਿਖਾਉਣੇ ਜੀ ਟਰੈਕਟਰ ਹੈਗਾ ਜੀ 11 ਮਾਡਲ 855 ਟਰੈਕਟਰ ਆ। ਚਾਰ ਚਫੇਰੇ ਤੋਂ ਤੁਹਾਨੂੰ ਵਿਖਾ ਦਿੰਦੇ ਜੀ, ਸੁੱਕਾ ਪਿਆ ਜੀ, ਕਿਤੋਂ ਕੋਈ ਲੀਕਿੰਗ ਸ਼ੀਕਿੰਗ ਨਹੀਂ। ਅਤੇ ਬਾਕੀ ਟਰੈਕਟਰ ਵੇਖ ਲਓ, ਜੋੜ ਜਾੜ ਸਾਰੇ ਓਰੀਜਨਲ ਜੈਨੂਅਨ ਟਰੈਕਟਰ ਪਿਆ ਜੀ, ਹਜੇ ਨਾਲ ਦਾ ਹੀ ਸਾਰਾ ਕੁਛ ਆ। ਬਾਕੀ ਟਾਇਰਾਂ ਦੀ ਗੱਲ ਕਰੀਏ, ਟਾਇਰ ਮਗਰਲੇ ਹੈਗੇ ਜੀ ਅੱਧੇ, 50% ਟਾਇਰ ਨਾਲ ਦੇ ਆ। ਨੇੜੇ ਤੋਂ ਗੁੱਡੀ ਵੇਖ ਲਓ, ਕੈਮਰਾਮੈਨ ਨੂੰ ਮੈਂ ਕਹਿੰਦਾ ਜਿੰਨੇ ਹੀ ਨੇੜੇ ਹੋ ਸਕੇ ਵਿਖਾ ਦਿਓ। ਅਤੇ ਦੇਖ ਸਕਦੇ ਹੋ ਤੁਸੀਂ 50% ਨਾਲ ਦੇ ਮਾਡਲ ਦੇ ਟਾਇਰ ਪਏ ਆ ਜੀ, 11 ਮਾਡਲ ਟਰੈਕਟਰ ਆ। ਅਤੇ ਬਾਕੀ ਹੁੱਕ ਵਗੈਰਾ ਦਾ ਵੀ ਟਰੈਕਟਰ ਬਿਲਕੁਲ ਕਿੱਲੀਆਂ ਕੁੱਲੀਆਂ ਨਾਲ ਦੀਆਂ ਪਈਆਂ, ਕੋਈ ਟਰਾਲੇ 'ਤੇ ਨਹੀਂ ਚੱਲਿਆ, ਅਤੇ ਜੈਨੂਅਨ ਟਰੈਕਟਰ ਪਿਆ ਸਾਰਾ। ਦੇਖ ਸਕਦੇ ਹੋ ਤੁਸੀਂ ਮਰਗਾਟ ਵਗੈਰਾ ਵੀ ਐਂ ਪੂਰੇ ਵਧੀਆ ਚੰਗੇ ਨਾਲ ਦੇ ਮਰਗਾਟ ਪਏ ਹੋਏ ਆ। ਬਾਕੀ ਬੈਟਰੀ ਵਗੈਰਾ ਦੀ ਗੱਲ ਕਰੀਏ, ਸੈਲਫ ਸਟਾਰਟ ਬਿਲਕੁਲ ਓਕੇ ਬੈਟਰੀ ਚੱਕਦੀ ਆ। ਅਤੇ ਪੰਜਾਬ ਨੰਬਰ ਇਹ ਟਰੈਕਟਰ ਆ ਜੀ, ਪੰਜਾਬ ਨੰਬਰ ਟਰੈਕਟਰ ਆ। ਅਤੇ ਬਾਕੀ ਸਿਸਟਮ ਵਗੈਰਾ ਵੀਰ ਨੂੰ ਕਹਿਣਾ ਵਿਖਾ ਦੇ, ਇਹ ਨਾਲ ਹੀ ਮਿਲੂ, ਕੋਈ ਆਪਾਂ ਲਾਉਣਾ ਨਹੀਂ। ਵਧੀਆ ਚੰਗਾ ਸਿਸਟਮ ਹੈ ਜੀ, 10-12 ਹਜ਼ਾਰ ਦੀ ਰੇਂਜ 'ਚ ਲੱਗਿਆ ਹੋਇਆ ਸਿਸਟਮ ਆ। ਅਤੇ ਦੇਖ ਸਕਦੇ ਹੋ ਤੁਸੀਂ ਇਹ ਵੈਰੀ ਗੁੱਡ ਕੰਡੀਸ਼ਨ ਦੇ ਵਿੱਚ ਚੱਲਦਾ ਜੀ। ਬਾਕੀ ਰਿਮ ਵਗੈਰਾ ਟਰੈਕਟਰ ਦੇ ਨਾਲ ਦੇ ਆ, ਰੰਗ ਪੇਂਟ ਜਿੰਨਾ ਪਿਆ ਬਿਲਕੁਲ ਨਾਲ ਦਾ ਪਿਆ ਜੀ, ਦੇਖ ਸਕਦੇ ਹੋ ਤੁਸੀਂ ਢਿੱਡ ਵਗੈਰਾ 'ਤੇ ਰੰਗ ਬਹੁਤ ਪਿਆ ਹੋਇਆ ਦਾ। ਅਤੇ ਸੈਲਫ ਸਟਾਰਟ ਟਰੈਕਟਰ ਆ, 11 ਮਾਡਲ, ਪੰਜਾਬ ਨੰਬਰ ਆਈ, PB8 ਜਲੰਧਰ ਏਰੀਏ ਦਾ ਨੰਬਰ ਆ। ਮਾਲਕ ਵੀਰ ਬਾਹਰ ਜਾਣ ਕਰਕੇ ਟਰੈਕਟਰ ਸੇਲ ਆ ਜੀ। ਅਤੇ ਬਾਕੀ ਟਰੈਕਟਰ ਦੀ ਡਿਮਾਂਡ ਹੈਗੀ 3,20,000 ਰੁਪਈਆ, 3,20,000 ਰੁਪਈਆ ਡਿਮਾਂਡ ਆ। ਗੁਰੂ ਸਾਹਿਬ ਏਰੀਏ ਦੇ ਵਿੱਚ ਖੜਾ ਟਰੈਕਟਰ। ਅਤੇ ਬਾਕੀ ਜਿਨ੍ਹਾਂ ਵੀਰਾਂ ਨੇ ਲੈਣਾ ਨੰਬਰ ਨੋਟ ਕਰ ਸਕਦੇ ਹਾਂ, ਆਪਾਂ ਮਾਲਕ ਵੀਰ ਨਾਲ ਵੀ ਤੁਹਾਡੀ ਗੱਲ ਕਰਾ ਦਾਂਗੇ, ਨੰਬਰ ਉਹ ਦੱਸ ਦੇਣਗੇ। ਅਤੇ ਬਾਕੀ 1 ਨੰਬਰ 2 ਨੰਬਰ ਦਿੰਦੇ ਹਾਂ ਤੁਹਾਨੂੰ, ਕਈ ਵਾਰੀ 1 ਲੱਗਦਾ ਨਹੀਂ ਗਾ। ਗੁਰੂ ਸਾਹਿਬ ਏਰੀਏ ਦੇ ਵਿੱਚ ਟਰੈਕਟਰ ਖੜਾ, ਜਿੰਨੇ ਵੀਰ ਨੇ ਹੁਣ ਲੈਣਾ 84,460 ਅਤੇ 90,560, ਇੱਕ ਇਹ ਨੰਬਰ ਆ ਜੀ। ਇੱਕ ਹੋਰ ਨੰਬਰ ਆਪਾਂ ਵੀਰ ਤੋਂ ਪੁੱਛ ਲੈਂਦੇ ਜੀ, 98555 ਅਤੇ 87,316 ਜੀ, 98555 87,316 ਨੰਬਰ 'ਤੇ ਸੰਪਰਕ ਕਰਕੇ ਇਸ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।